ਨਿੰਬੂਗਾ ਯਾਨੀ ਕਿ ਲੈਮਨ ਗ੍ਰਾਸ ਤਾਂ ਅੱਜ ਆਪਣੇ ਬਲੌਗ ਇਸ ਤੋਂ ਦੱਸਣਾ ਹੈ ਕਿ ਮੈਂ ਆਪਣੇ ਜਿਹੜਾ ਸਵਾੜੂਆਂ ਤੇ ਐਸ ਲੈਮਨ ਗ੍ਰਾਸ ਜਿਹੜਾ ਐਸਾ ਪੁੱਟੀ ਲਿਆ ਬੜੇ ਸਾਰੇ ਨੂੰ ਪਤਾ ਵੀ ਹੋਣਾ ਹੈ ਕਿ ਇਹ ਗਾਹ ਕੁੰਦਿਆ ਗਾਹ ਹੁੰਦਾ ਇਹ ਦੇਗਾ ਹੁੰਦਾ ਨਾ ਜਿਸ ਦੀ ਜਿਹੜਾ ਖੁਸ਼ਬੂ ਹੁੰਦੀ ਸ ਪੂਰੀ ਦੀ ਪੂਰੀ ਲੈਮਨ ਦੀ ਹੁੰਦੀ ਕਹਿੰਦੇ ਸਵਾਦ ਵੀ ਨਿੰਬੂਏ ਦਾ ਹੀ ਹੁੰਦਾ ਤਾਂ ਇਦਾਂ ਨਾ ਹੈ ਲੈਮਨ ਗ੍ਰਾਸ ਯਾਨੀ ਕਿ ਨਿੰਬੂਗਾ ਤਾਂ ਇਹ ਵੀ ਕੁਦਰਤੀ ਗੱਲ ਹੈ ਨਿੰਬੂਏ ਦਾ ਸਵਾਦ ਇੱਕ ਹੀ ਗਾਏ ਚ ਬੜੇ سارے ਲੋਕਾਂ ਨੂੰ ਪਤਾ ਵੀ ਹੋਣਾ ਹੈ ਕਿ ਇਹਦੀ ਚਾਹ ਪੀਤੀ ਹੋ ਵੀ ਹੋਣੀ ਹੈ ਇਹਦੀ ਚਾਹ ਜਿਹੜਾ ਹੈ ਨਾ ਬੜੀ ਫਾਇਦੇਮੰਦ ਹੁੰਦੀ ਹੈ ਕਰਨਾ ਬੜੀ ਸੁਆਦ ਵੀ ਹੁੰਦੀ ਹੈ ਬੜੇ ਸਾਰੇ ਲੋਕ ਜਿਹੜਾ ਨਾ ਆਪਣੇ ਡੇਲੀ ਰੁਟੀਨ ਚ ਸੀ ਉਹ ਜਿਹੜਾ ਹੈ ਸ਼ਾਮਿਲ ਕਰਦੇ ਕਿਉਂਕਿ ਨਿੰਬੂ ਇਹਦੀ ਘਾ ਦੀ ਚਾਹ ਪੀਣਾ ਹੈ ਆਪਣੇ ਖਾਣ-ਪਾਣ ਚ ਸ਼ਾਮਿਲ ਕਰਨਾ ਜਿਹਾ ਕਿ ਮਸਾਲਿਆਂ ਦੇ ਰੂਪ ਚ ਵੀ ਕਰਦੇ ਕਈ ਲੋਕ ਸੂਪ ਸੂਪੇ ਚ ਪਾਉਂਦੇ ਕਈ ਲੋਕ ਖਾਣੇ ਚ ਪਾਉਂਦੇ ਸਬਜ਼ੀਆਂ ਚ ਪਾਉਂਦੇ ਮਸਾਲੇ ਦੇ ਰੂਪੇ ਚ ਵੀ ਇਸ ਤੀਓ ਪ੍ਰਯੋਗ ਕਰਦੇ ਕਿਉਂਕਿ ਨਿੰਬੂ ਦੇ ਗਾਏ ਦੀ ਜਿਹੜਾ ਸ਼ਾਮਿਲ ਕਰਦਾ ਨਾ ਤੁਸੀਂ ਉਹ ਬੜੀਆਂ ਸਾਰੀਆਂ ਬਿਮਾਰੀਆਂ ਨਹੀਂ ਹੁੰਦੀਆਂ ਜੀਆਂ ਕਿ ਸੀ ਰੈਪੀਡ ਨਹੀਂ ਹੋਣੀ ਅਗਰ ਕੁਸੀ ਉਹ ਸੀ ਰੈਪੀਡ ਹੈ ਤਾਂ ਇਹਦੀ ਚਾਹ ਪੀਂਗੇ ਤਾਂ ਬਿਲਕੁਲ ਠੀਕ ਹੋ ਜਾਂਦੀ ਅਗਰ ਕੁਸੀ ਉਹ ਗਠੀਆ ਆ ਕੁਸੀ ਉਹ ਆ ਨਿੰਦਰ ਨਹੀਂ ਹੁੰਦੀ ਹੈ ਅਗਰ ਕੁਸੀ ਉਹ ਕੈਸਟਰੋਲ ਹੈ ਭਜਨ ਘਟਾਣਾ ਹੈ ਭਜਨ ਵਧਿਆ ਹੈ ਤਾਂ ਇਹਦੀਆਂ ਚੀਜ਼ਾਂ ਜਿਹੜਾ ਨਾ ਇੱਕਦਮ ਗਾਇਬ ਹੋ ਜਾਂਦੀਆਂ ਅਗਰ ਤੁਸੀਂ ਰੋਜ਼ ਲੇਮਨ ਗ੍ਰਾਸ ਦੀ ਚਾਹ ਪੀਂਗੇ ਤੇ ਬੜੇ ਸਾਰੇ ਇਸ ਦਿਵਾਰਿਸ਼ ਪਤਾ ਹੋਣਾ ਹੈ ਇਸ ਦੇ ਇਲਾਵਾ ਬੜੀਆਂ ਸਾਰੀਆਂ ਬਿਮਾਰੀਆਂ ਖਤਮ ਕਰਦਾ ਪਰ ਮਿੰਝੋ ਜਿਆਦਾ ਜਾਣਕਾਰੀ ਨਹੀਂ ਹੈ ਜੀ ਜਿੰਨੀ ਜਾਣਕਾਰੀ ਹੈ ਸੇ ਮੈਂ ਤੁਹਾਨੂੰ ਸਾਂਝਾ ਕਰਨੀ ਹੈ ਤਾਂ ਦਿਖੀ ਸਕਦੇ ਬੜਾ ਸਾਰਾ ਗਾਥਾ ਲੱਗ ਗਿਆ ਤਾਂ ਮੈਂ ਵੀ ਗਾ ਲਿਆ ਪੁਟਿਆ ਗਾਣਾ ਮੈਂ ਬੁੱਲੇ ਇयां ਸੁੱਕਾਈ ਨਾ ਰੱਖ ਗਈ ਨਾ ਤਾਂ ਫਿਰ ਸਾਰੇ ਤੇ ਸਾਰੇ ਖਰਾਬ ਹੋ ਜਾਣਾ ਕਿਉਂਕਿ ਇਸ ਤੋਂ ਬਾਅਦ ਨਾ ਜੂੜਾ ਬਣਾ ਨਹੀਂਦਾ ਇਹਦੇ ਗੱਠੋ ਬਣਾਣ ਤਾਂ ਇਸ ਤੋਂ ਬਾਅਦ ਆਥਾ ਜਿਹੜਾ ਸਬਡੋਈ ਵੀ ਆਂਦੇ ਨਾ ਕਿ ਬੜਾ ਤੇਜਗਾ ਹੁੰਦਾ ਕਹਿੰਦੇ ਇਸ ਗਾਇ ਦੀ ਇੱਕ ਖਾਸੀਅਤ ਵੀ ਹੈ ਕਿ ਇਸ ਨੂੰ ਨਾ ਡੰਗਰੇ ਵੀ ਨਹੀਂ ਖਾਂਦੇ ਕਿਉਂਕਿ ਖੱਟਾ ਹੁੰਦਾ ਕਹਿੰਦੇ ਇਤਨਾ ਖੁਸ਼ਬੂਦਾਰ ਹੁੰਦਾ ਪੁੱਛਿਆ ਮਾਤ ਕਹਿੰਦੇ ਜਿੱਥੁ ਲਗਾਏ ਹੋ ਗਾਨੇ ਤੇ ਦੀ ਅੱਖਾਂ ਬੱਖਾਂ ਜਿਹੜਾ ਹੈ ਨਾ ਸ ਮੱਛਰ ਮੱਖੀ ਜਿਹੜਾ ਹੁੰਦੇ ਸ ਨਹੀਂ ਹੁੰਦੇ ਕਹਿੰਦਾ ਅਗਰ ਇਸ ਦੇ ਤੇਲੇ ਦੀ ਗੱਲ ਕਰਨ ਨਾ ਅਗਰ ਤੇਲੇ ਦੀ ਕਜੋਤ ਅੰਦਰ ਘਰੇ ਦੇ ਅੰਦਰ ਜਲਾਇ ਦੇਂਗੇ ਨਾ ਤਾਂ ਪੂਰੇ ਘਰੇ ਚ ਲੈਮਨ ਜਿਹੜਾ ਨਿੰਬੂ ਹੁੰਦਾ ਉਸ ਦੀ ਖੁਸ਼ਬੂ ਆਉਂਦੀ ਕਹਿੰਦੇ ਇਤਨੀ ਵਧੀਆ ਖੁਸ਼ਬੂ ਆਉਂਦੀ ਕਿ ਪੁੱਛਾਈ ਮਤ ਕਹਿੰਨਾ ਮੱਛਰ ਮੱਖੀ ਆ ਤਾਂ ਪੂਹੀ ਮਰੀ ਜਾਂਦੀਆਂ ਤਾਂ ਇਤਨੇ ਫਾਇਦੇ ਨੇ ਅਗਰ ਕੁਸੀ ਦੇ ਵਾਲ ਝੜਾਦੇ ਹੋਣ ਜਾਂ ਫਿਰ ਗ੍ਰੋਥ ਨਹੀਂ ਹੋਉਦੀ ਹੋਏ ਤਾਂ ਇਸ ਦੀ ਮਾਲਿਸ਼ ਕਰਨ ਤਾਂ ਬੋਲਿਆ ਇਸ ਇਸ ਦੀ ਮਾਲਿਸ਼ ਨਾਲ ਵੀ ਵਾਲ ਜਿਹੜਾ ਸਭ ਵਧੀਆ ਦੇ ਕਹਿੰਦੇ ਅਗਰ ਤੁਹਾਨੂੰ ਰੋਜ਼ ਇਸ ਦੀ ਚਾਹ ਪੀਣ ਜਾਂ ਖਾਣੇ ਚ ਸ਼ਾਮਿਲ ਕਰਨ ਤਾਂ ਤੁਹਾਡੀ ਜਿਹੜਾ ਸਕਿਨ ਹੈ ਨਾ ਸੇਬੀ ਬੜੀ ਸੁੰਦਰ ਹੋ ਜਾਂਦੀ ਕਦੀ ਫੇਸ਼ੀਅਲ ਦੀ ਜ਼ਰੂਰਤ ਨਹੀਂ ਪੁੰਦੀ ਬਿਊਟੀ ਪਾਰਲਰ ਆਂ ਜ਼ਰੂਰਤ ਨਹੀਂ ਪੁੰਦੀ ਤਾਂ ਮੈਂ ਤਾਂ ਰੋਜ਼ ਨਹੀਂ ਪੀਂਦੀ ਪਰ ਕਦੀ ਕਦੀ ਪੀਂਦੀ ਤਾਂ ਅਗਰ ਜਿੰਨੇ ਮੇਰਾ ਵੀਡੀਓ ਸ਼ੇਅਰ ਕਰਨਾ ਹੈ ਤੁਸੀਂ ਵੀ ਦੇਣਾ ਹੈ ਲੈਮਨ ਗ੍ਰਾਸ ਤਾਂ ਉਹਨਾਂ ਤੇ ਜਿਹੜਾ ਮੇਰੇ ਪ੍ਰਸ਼ਨ ਹਨ ਫਿਰ ਤੇ ਸ਼ੁਰੂ ਹੋ ਜਾਣੇ ਨਾ ਕਹਿੰਦੇ ਅਸਤੇ ਮੈਂ ਲੈਮਨ ਗ੍ਰਾਸ ਦੇਣਾ ਤੇ ਇਸਦੇ ਬਾਅਦ ਚਾਰ ਦੇਣਾ ਵੀ ਸ਼ੁਰੂ ਕਰੀ ਜਾਣਾ ਹੈ ਤਾਂ ਜਿਆਦਾ ਤੇ ਜਿਆਦਾ ਮੇਰੇ ਵਲੋਗੇਜ ਕਮੈਂਟ ਲਾਈਕ ਕਨ ਸ਼ੇਅਰ ਕਰਨਿਓ ਤੁਹਾਂ ਵੀ ਮਿਲ ਸਕਦਾ ਹੈ ਲੈਮਨ ਗ੍ਰਾਸ ਕਨੇ ਕੋਨੀ ਕੋਨੀ ਲਗਾਇਆ ਸਭ ਕਮੈਂਟ ਕਰੀਨੇ ਦੱਸਿਓ ਬੜੇ ਸਾਰੇ ਲੋਕਾਂ ਦੇ ਘਰ ਆ ਹੋਣਾ ਵੀ ਹੈ ਲਗਭਗ ਸਾਰੇ ਹੀ ਲੋਕ ਇਸ ਹੀ ਉਹ ਲਗਾਉਂਦੇ ਕੋਕੋ ਇਹ ਦਰਵਾਜ਼ਾ